ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜਿਹਨੇ ਨਾ ਖਾਓ ਪੀਓ ਵੈਚ ਕਰੋ ਮਿੱਤਰੋ 9058131320 ਪੀਜ਼ਾ ਮਸ਼ੀਨ ਦੇ ਸਹਿਯੋਗ ਦੇ ਨਾਲ ਆਓ ਚੱਲਦੇ ਹਾਂ ਪੰਜਾਬ। ਮਿੰਟੂ ਜੀ ਹਾਜ਼ਰ ਨੇ। ਮਿੰਟੂ ਜੀ ਵੈਲਕਮ। ਬੰਦੀਸ਼ੋਰ ਦਿਵਸ ਦੀਵਾਲੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਸ਼ੁਭਕਾਮਨਾਵਾਂ। ਸਾਡੇ ਤੇ ਇੱਥੇ ਭੂਤ ਪ੍ਰੇਤਾਂ ਵਾਲਾ ਦਿਨ ਵੀ ਮਨਾਇਆ ਜਾ ਰਿਹਾ ਨਾਲ ਹੈਲੋਵਿਨ, ਜਿਵੇਂ ਆਪਣੇ ਹੁੰਦੀ ਨਾ ਲੋਹੜੀ, ਇਵੇਂ ਸਾਡੇ ਇੱਥੇ ਹੈਲੋਵਿਨ ਮਨਾਉਂਦੇ। ਬੱਚੇ ਘਰਾਂ ਦੇ ਜਾ ਕੇ ਕੈਂਡੀਜ਼ ਲੈ ਕੇ ਆਉਂਦੇ ਨੇ, ਕੋਈ ਚੋਕਲੇਟ ਦਿੰਦਾ, ਕੋਈ ਕੈਂਡੀ ਦਿੰਦਾ, ਕੋਈ ਉਹਨਾਂ ਨੂੰ ਕਿਸੇ ਤਰੀਕੇ ਨਾਲ ਕੋਈ ਪੈਸੇ ਵੀ ਦੇ ਦਿੰਦਾ। ਵੈਲਕਮ, ਸਵਾਗਤ ਹੈ ਜੀ ਇਹਨੂੰ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਦੂਜਾ ਦਿਨ ਦੀਵਾਲੀ ਦਾ ਹੈ। ਹਾਂਜੀ ਹਾਂਜੀ ਹਾਂਜੀ, ਸਦਾ ਦੀਵਾਲੀ ਸਾਡੀ ਅੱਠੇ ਪੈਰ ਬਸੰਤ। ਹਾਂਜੀ ਹਾਂਜੀ, ਹਾਂ ਬਿਲਕੁਲ। ਦੇਖੋ ਐਤਕੀ ਦੀਵਾਲੀ ਜਿਹੜੀ ਆ ਉਹ ਥੋੜੀ ਜੀ ਕਹਿ ਲਓ ਕਿ ਭੰਬਲ ਭੂਸੇ ਵਾਲੀ ਵੀ ਹੈ ਨਾ, ਕਿ ਦੋ ਦਿਨਾਂ ਚ ਵੰਡੀ ਗਈ ਆ। ਜੀ ਜੀ ਜੀ, ਦੋ ਦਿਨਾਂ ਚ ਵੰਡੀ, ਚਲੋ ਚੰਗੀ ਗੱਲ ਆ। ਵਿਚਾਰੇ ਜਿਹੜੇ ਦੁਕਾਨਦਾਰ ਆ ਜਾਂ ਛੋਟੇ ਛੋਟੇ ਰੁਜ਼ਗਾਰਾਂ ਵਾਲੇ, ਉਹਨਾਂ ਦਾ ਰੁਜ਼ਗਾਰ ਹੋਰ ਚਲਾ ਜਾਏਗਾ, ਕੀ ਫਰਕ ਪੈਂਦਾ। ਵਿਆਹ ਵੀ ਤੇ ਚਾਰ ਚਾਰ ਦਿਨ ਕਰਦੀ ਆ ਇੱਥੇ, ਬਿਲਕੁਲ ਬਿਲਕੁਲ ਕੁਛ ਨੀ ਹੁੰਦਾ, ਕੋਈ ਫਰਕ। ਸਾਡਾ ਦੋਸਤ ਆ ਉਹਦੀ ਘਰ ਦੀ ਨੇ ਪੰਗਾ ਪਾਲਿਆ, ਕਹਿੰਦੀ ਮੈਂ ਤਾਂ 31 ਨੂੰ ਕਰਨਾ ਸਾਰਾ ਜੋ ਵੀ ਆ, ਤੇ ਉਹ ਕਹਿੰਦਾ ਵੀ ਮੇਰੀ ਤੇ 1 ਨੂੰ ਆ। ਝਗੜੇ ਦਾ ਕਾਰਨ ਇਹ ਸੀ ਕਿ ਵੀਰਵਾਰ ਉਹ ਤੁਹਾਨੂੰ ਪਤਾ ਫਿਰ ਸ਼ਾਮ ਵਾਲਾ ਕੰਮ ਨੀ ਸੀ ਹੁੰਦਾ, ਉਹ ਅੜ ਗਿਆ। ਕਹਿੰਦਾ ਨਾ ਨਾ ਨਾ, ਮੈਂ ਵੀ ਵੀਰ ਮੈਂ ਦੀਵਾਲੀ ਨਹੀਂ ਮੰਨਦਾ, ਕਹਿੰਦਾ ਮੈਂ ਤਾਂ ਜਿਹੜੀ ਸ਼ੁੱਕਰਵਾਰ ਯਾਨੀ ਅੱਜ ਵਾਲੀ ਦੀਵਾਲੀ ਆ ਉਹ ਸਟਾਰਟ ਹੋਏਗੀ। ਮੈਂ ਕਿਹਾ ਵੀ ਝਗੜਾ ਹੀ ਇੱਥੇ ਨਿਬੜ ਜਾਂਦਾ, ਬਸ ਗੱਲ ਕਰਦੇ ਨੇ, ਠੀਕ ਆ, ਥੋੜਾ ਜਿਹਾ ਤੂੰ ਖੁਸ਼ੀ ਚ ਸ਼ਰੀਕ ਹੋ ਜਾ ਤੇ ਥੋੜਾ ਜਿਹਾ ਭਾਬੀ ਜੀ ਨੂੰ ਕਹਿ ਦੇ ਖੁਸ਼ੀ ਚ, ਬਾਈ ਸ਼ਰੀਕ ਤੇ ਨਹੀਂ ਹੋ ਸਕਦੀ, ਤੈਨੂੰ ਸਹਿਮਤੀ ਦੇ ਦੂੰਗੀ, ਖਾ ਪੀ ਲਵੀ। ਇੱਕ ਦੀਵਾ ਅੱਜ ਜਗਾ ਲੈਣ, ਇੱਕ ਦੀਵਾ ਕੱਲ, ਦੀਵਾ ਦੀਵਾ ਬੜੇ ਸਾਰੀ ਰਾਤ ਕੱਲ ਜਗਾ ਲੈਣ, ਚੱਲਣ ਦੇ ਉਹ ਕੰਮ ਉਹਨੂੰ ਰਲ ਮਿਲ ਕੇ, ਏਦਾਂ ਦਾ ਹੋ ਗਿਆ। ਸਾਡੇ ਪਿੰਡ ਵੀ ਨਾ, ਸਾਡੇ ਪਿੰਡ ਵੀ ਆਲਮੋਸਟ, ਪਤਾ ਕੀ ਚੱਕਰ ਹੈ ਮੈਨੂੰ ਇੰਨਾ ਪਿਛੋਕੜ ਦਾ ਤਾਂ ਨੀ ਪਤਾ, ਸਾਡੇ ਵੀ 90-95% ਪਿੰਡ ਚ ਵੀਰਵਾਰ ਨਾ ਮੀਟ ਬਣਦਾ ਨਾ ਦਾਰੂ ਪੀਂਦੇ। ਚਲੋ ਚਾਹੇ ਕਿਸੇ ਵੀ ਬਣੇ, ਮੈਨੂੰ ਅੱਛਾ ਗਿਣਦਾ, ਕੋਈ ਫਾਸਟ ਰੱਖਦਾ ਉਹ ਵੀ ਇੱਕ ਅੱਛਾ ਸਰੀਰ ਵਾਸਤੇ ਅੱਛਾ, ਚਾਹੇ ਉਹ ਕਿਸੇ ਵੀ ਕਾਰਨ ਕਰਕੇ। ਤਾਂ ਮਤਲਬ ਕਿ ਉਹ ਮੈਂ ਗਿਆ ਖੇਡਣ ਸ਼ਾਮੀ, ਤੇ ਬੰਦੇ ਉਹ ਹੀ ਕੰਮਾਂ ਕਾਰਾਂ ਚ ਤੁਰੇ ਫਿਰਨ, ਤੇ ਉਹ ਇੱਕ ਸਾਡਾ ਮੁੰਡਾ ਸੀ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੇਰਾ ਪਾਪਾ ਤੇ ਕਿਵੇਂ ਅੱਜ ਦੀਵਾਲੀ ਦੀਵਾਲੀ ਸੁੱਕੀ ਹੈ? ਕਹਿੰਦਾ ਨਹੀਂ, ਉਹ ਕਹਿੰਦਾ ਕੋਈ ਨੀ, 12 ਵਜ ਕੇ 1 ਮਿੰਟ ਤੋਂ ਬਾਅਦ ਨਾ ਮੈਂ ਫੇਰ ਕਰ ਲੂੰਗਾ ਸ਼ੁਰੂ ਕੰਮ, ਕੋਈ ਗੱਲ ਨਹੀਂ। ਏਦਾਂ ਦੇ ਕੰਮ ਯਾਨੀ ਇੰਟਰਸਟਿੰਗ ਹੋ ਗਈ ਦੀਵਾਲੀ, ਕਿਉਂਕਿ ਇੱਕ ਵੀਰਵਾਰ ਆ ਗਿਆ, ਇੱਕ ਦੋ ਦਿਨਾਂ ਚ ਵੰਡੀ ਗਈ ਦੀਵਾਲੀ। ਸੋ ਅੱਜ ਮਤਲਬ ਕਿ ਜੇ ਦਰਬਾਰ ਸਾਹਿਬ ਆਪਾਂ ਦੇਖੀਏ ਅੰਮ੍ਰਿਤਸਰ ਬਾਰੇ ਤੇ ਤੁਹਾਨੂੰ ਪਤਾ ਹੀ ਹੈ, ਤਾਂ ਵੈਸੇ ਅੱਜ ਕੱਲ੍ਹ ਨਾ ਮੇਰੇ ਖਿਆਲ ਦੇ ਨਾਲ ਖੁਸ਼ੀਆਂ ਟੋਲ ਲੈਣੀਆਂ ਚਾਹੀਦੀਆਂ ਯਾਰ, ਜਿੱਥੋਂ ਵੀ ਮਿਲਦੀਆਂ ਨੇ। ਐਵੇਂ ਅਸੀਂ ਸਾਡੀ ਨਾ ਆ ਜਿਹੜੀ ਆ ਮੰਡਲੀ ਇਕੱਠੀ ਹੋਈ ਆ ਆਪਾਂ ਫੇਸਬੁੱਕ ਤੇ, ਆ ਬਾਹਲਾ ਜ਼ਿਆਦਾ ਇਹ ਸਾਡਾ ਤਿਉਹਾਰ ਨਹੀਂ, ਸਾਡਾ ਬੰਦੀ ਛੋੜ ਤਿਉਹਾਰ ਹੈ। ਅਰੇ ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਕੀਰਤਨ ਹੁੰਦਾ ਯਾਰ, ਕਿਹੜੀਆਂ ਚੱਕਰਾਂ ਚ ਪਏ। ਤਾਂ ਦੀਵਾਲੀ ਵੀ ਹੈਗੀ ਆ, ਤੁਸੀਂ ਵੀ ਮਨਾਓ ਜੋ ਮਰਜ਼ੀ ਕਰੋ, ਪਰ ਗੱਲ ਇਹ ਆ ਕਿ ਅੰਮ੍ਰਿਤਸਰ ਵਿਖੇ ਅੱਜ ਦੱਸਦੇ ਆ ਕਿ 2 ਲੱਖ ਸ਼ਰਧਾਲੂ ਪਹੁੰਚਣ ਦਾ, ਚਲੋ ਕਿ ਇੱਕ ਸੰਭਾਵੀ ਅੰਕੜਾ ਹੈ 2 ਲੱਖ ਤੋਂ ਵੱਧ, ਤਾਂ ਇਹ ਬਹੁਤ ਵੱਡਾ ਅੰਕੜਾ। ਤਾਂ ਦੀਵਾਲੀ ਜਿਹੜੀ ਆ ਸਭ ਨੂੰ ਮੁਬਾਰਕ ਬਾਈ, ਮੈਂ ਤੇ ਕਹਿੰਦਾ ਕਿ ਖੁਸ਼ੀਆਂ ਜਿਹੜੀਆਂ ਟੋਲ ਲਵੋ, ਲੱਭ ਲਓ। ਬਿਲਕੁਲ, ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ, ਖੈਰ ਵਧੀਆ ਗੱਲ ਹੈ ਜੀ। ਔਰ ਪੰਜਾਬ 'ਚ ਦੂਜੇ ਦਿਨ ਦੀਵਾਲੀ, ਸਾਡੇ ਕੈਨੇਡਾ ਦੇ ਵਿੱਚ ਵੀ ਅੱਜ 3 ਤਿਉਹਾਰ ਨੇ, ਇੱਕ ਬੰਦੀ ਛੋੜ ਦਿਵਸ ਦੀਵਾਲੀ ਦੇ ਨਾਲ ਹੈਲੋਵਿਨ ਦਾ ਤਿਉਹਾਰ ਜਿਹੜਾ ਇੱਥੇ ਜਿਹੜਾ ਮਨਾਇਆ ਜਾ ਰਿਹਾ ਹੈ। ਬੱਚਿਆਂ ਨੂੰ ਵੀ ਇਤਿਹਾਤ ਵਜੋਂ ਅਸੀਂ ਬੇਹਦ ਬੇਨਤੀ ਕਰਾਂਗੇ, ਕਈ ਸ਼ਰਾਰਤੀ ਲੋਕ ਹੁੰਦੇ ਨੇ ਕੈਂਡੀਆਂ ਦਿੰਦੇ ਨੇ, ਉਹਦੇ 'ਚ ਸੂਈਆਂ ਪਾ ਦਿੰਦੇ ਨੇ, ਰੰਗ ਪਾ ਦਿੰਦੇ ਨੇ, ਬੱਚੇ ਇਨੋਸੈਂਟ ਹੁੰਦੇ ਨੇ, ਜ਼ਰੂਰ ਉਹਨਾਂ ਨੂੰ ਲੈ ਕੇ ਜਾਂਦੇ ਆਪਾਂ ਮਾਂ ਬਾਪ ਬੜੀ ਰੀਝ ਨਾਲ ਲੈ ਕੇ ਜਾਂਦੇ ਨੇ, ਪਰ ਉਹਨਾਂ ਨੂੰ ਜਿਹੜੀ ਚੀਜ਼ ਮਿਲਦੀ ਆ ਉਹ ਜ਼ਰੂਰ ਚੈੱਕ ਕਰਕੇ ਦਿਓ, ਖਿਆਲ ਰੱਖਿਓ। ਹਰ ਸਾਲ ਅਗਲੇ ਦਿਨ ਕੋਈ ਨਾ ਕੋਈ ਅਸੀਂ ਖਬਰਾਂ ਸੁਣਾਉਂਦੇ ਹੁੰਦੇ ਕਿ ਹੈਲੋਵਿਨ 'ਤੇ ਸ਼ਰਾਰਤੀ ਲੋਕਾਂ ਨੇ ਆਹ ਕਰਤਾ, ਉਹ ਕਰਤਾ, ਆਹ ਬੱਚੇ ਬਿਮਾਰ ਹੋ ਗਏ। ਸੋ ਇਤਿਹਾਤ ਵਰਤਿਓ, ਇਹਨਾਂ ਫੁੱਲਾਂ ਦਾ ਖਿਆਲ ਰੱਖਿਓ। ਚੋਣ ਮੈਦਾਨ ਦੀਵਾਲੀ ਉਪਰੰਤ ਮਗਨ ਦੀਆਂ ਸੰਭਾਵਨਾਵਾਂ ਨੇ, ਅਤੇ ਮਗਣਾ ਵੀ ਚਾਹੀਦਾ, ਫਿਰ ਇਹ ਵੀ ਦੀਵੇ ਬਾਲਣਗੇ ਸ਼ਬਦਾਂ ਦੇ। ਹਾਂਜੀ, ਪਟਾਕੇ ਜੀ ਜੀ ਬਿਲਕੁਲ। ਦੇਖੋ ਗੱਲ ਇਹ ਕਿ ਹੁਣ ਦੀਵਾਲੀ ਕਰਕੇ, ਦੀਵਾਲੀ ਲੰਬੀ ਹੋ ਗਈ ਨਾ, ਕਿ ਜੇ ਤੁਸੀਂ ਵੇਖੋਗੇ ਤੇ
दो ए वीर ते शुक्रवार, उस तो बाद गां आ गया विश्वकर्मा डे ते एतवार आ गया। सो उस तो बाद ही है बाकी तैयारियां है। मैं देख रहा सी मनप्रीत बादल दा मुंडा अर्जन, अर्जुन ते वाकया कल जिस तरह का भाषण मेरे दोस्त ने रिकॉर्ड किया पत्रकार है, ते मैं देख रहा सी टाइमलाइन ते उते बड़ा जबरदस्त उते काम सीधा ही चल पाया उते गिदड़वा। वो कहता है गिदड़वाहा तो गिदड़ है ये विंगा बड़ेंगे आ कहो ये धमका रहा साडे बंदिया नू, कहता कि ये लभना नहीं इत्थे। ते जदों डिंपी ढिल्लोरी इहदे मगर लगदे सी ना भाई, उन्हां दा वी दबदबा बहुत सीगा, कहता कि जदों मगर लगते सी तो मेरे डैडी की कार च लुक के जाता हुंदा सी। अच्छा मतलब कि अर्जुन भी आ गया, अर्जुन शायद बाहर पढ़ता है हुण तो पता नहीं, मैंने पहले छोटा हुंदा बाहर पढ़ता ये सीगा। मनप्रीत बादल दा बेटा। हाँ जी हाँ जी हाँ जी। हाँ हाँ बिल्कुल 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 अर्जुन ने कम काफी खिंचता। देखो मनप्रीत बादल दा तां चलो ठीक है, तुहानूं पता उह इन्ना ज्यादा नहीं जांदे बिलो द बेल्ट, उह नहीं राजनीति करदे, पर अर्जुन दा काफी मैं वेख लिया कि निशाना। अच्छा निशाना बड़ेंगी आई जे गिदड़वाहा च देखोगे तुसीं, डिंपी ढिल्लोवी जगमीत बराड़ा आए, 4 कु दिन रौनक मेला लाया, महफल सजाई, तो फिर चल दिए वो अपनी मर्जी से आए थे महफल में, अपनी मर्जी से चले भी गए, तो वो भी वड़ेंग वड़ेंगी कर दे गए। ते दूसरे पास से जे तुसी देखो कि तो बादल तो हुण है ही नहीं गे गेम दे विच, वो बहुत इंटरेस्ट जिहड़े सुखबीर सिंह बादल उह तां लै ही नहीं रहे, पर गल ये आ कि असली जिहड़ी आ ना वो हाल दी घड़ी कह लो गिदड़वाहा दी वेखण वाली आ, बहुत चोटी दी टक्कर है। और जो मनप्रीत बादल ने समर्थन जुटाया ना जी आ 10-15 दिनों के विच, मतलब कि असी इतने देखते दे पे हाँ कि सारी हैरान है। वो जेडे दो वड्डे मल समझते सी कहिंदे कि अपने च एक ने तो टहना ही टहना, पर ये च ये है कि मनप्रीत बादल वड्डा कारण रहेगा। मनप्रीत बादल जितते कि नहीं जितते, पर जित वो तय करनगे, हुण जी जित दी चाबी उन्होंने हाथ है। जे बरनाला चले जाइए उत्थे ते वाठ ढिल्लों ते धालीवाल उत्थे ते पूरा चलता पिया काम। अच्छा हुण गल की है कि डेरा बाबा नानक च भी सुखी रंधावा बहुत जोर ला रहे हैं, चब्बेवाल दे विच भी तकोनी टक्कर बन सकती है आने वाले दिनों च, पर गल ये आ कि हुण जदों इन्हां दीआं टीमां बन गईआं, जिवें खास तौर ते अरविंद केजरीवाल ने एक स्ट्रैटजी बनाई आ कि सारे वड्डे प्लेयर मैदान च उतार दिओ यकदम, भाजपा का भी यो आ कि खास तौर ते चलो चब्बेवाल वाली साइड उन्हां दा आधार पहला ही आ, डेरा बाबा नानक पता नहीं उत्थे की होएगा, मैनू एग्जैक्ट पोजीशन का नहीं पता, पर रवि करण सिंह कलू जे लड़दे आ तां मेरे ख्याल दे नाल ठीक ठाक रहने की संभावना। बरनाले दे विच तां केवल ढिल्लो इहनां दे बहुत वधिया कैंडीडेट जिहड़े कि अमीर भी आ, इलैक्शन लड़न ते हारन दा तजर्बा भी रखते आ, तां सारा पता। यानी ये मालवे दे विच जिहड़ियां 2 सीटां होणगियां इत्थे भाजपा पूरा जोर लाएगी जी। लाएगी। ते वैसे कमाल दी गल है कि हुण तक इन्हां दा इन्ना विरोध होया भी नहीं, सो स्टार प्रचारकों की सूची इन्होंने भी बना दी है। जी यानी जिमें आ खुलेगा अगला हफ्ता खुलेगा, तिवें नाल दी नाल ये भी आ जाएंगे, कांग्रेसियों ने भी सूची ऐलान दी है, तो फिर जेडे अगले दिन बचणगे यानी लगभग 7 कु दिन 8 कु दिन वह फिर पूरे पटाके वाले होणगे, यानी दिवाली तो बाद भी पटाके चलते रहने। जी लो जी आतिशबाजी चलती रहनी है, राजनीतिक वैसे भी पटाके पेंदे ही रहिंदे ने। 9058131320 पिछले दिन आप डीएपी एक खाद है आप गल की सी, मैं याद है उहदी कालाबाजारी विरुद्ध सरकार सरगर्म, की कहना चाहोगे? हाँ जी डीएपी दे आपां अंकड़िया के आधार ते गल दसी सीगी। वैसे अज तो 3-4 महीने पहला जो डीएपी का सवाल उठा सीगा, उदों सरदार खुडिया कह रहे सन कि डीएपी की कोई कमी नहीं है, पर ओवरऑल इंडिया दे विच ही डीएपी की कमी आ, ये अंकड़े दसते हैं। मैं उस दिन इतने बोल के भी दसे सन अंकड़े कि जिहड़ी डीएपी ओवरऑल इकले पंजाब के लिहाज नाल नहीं, कुछ लोग गलत कहें तो असं गलत नूं गलत कहने कि ये जी कली पंजाब की डीएपी रोकी गई है वगैरह वगैरह, पूरे इंडिया का ही स्टॉक शॉर्ट है। हाँ ये गल वक्री है कि साड़ी कंजप्शन जिहड़ी है बहुत ज्यादा, चाहे वह डीएपी होवे चाहे यूरिया होवे चाहे पेस्टिसाइड होवे, दूजे के मुकाबले असं बहुत ज्यादा वरतते हैं, खास तौर पर आलू वगैरह जड़े है उन्होंने थले बड़ी डीएपी पैंदी आ,
ਸੋ ਇਸ ਕਰਕੇ ਸਾਡੀ ਜਿਹੜੀ ਖਪਤ ਆ ਮੁਕਾਬਲਤਨ ਜਿੱਦਾਂ ਸਾਡੇ ਗੁਆਂਢੀ ਆ ਰਾਜਸਥਾਨ ਆ ਹਿਮਾਚਲ ਹੈ ਹਰਿਆਣਾ ਹੈ ਨਾ ਸਾਰਿਆਂ ਤੋਂ ਕਿਤੇ ਜ਼ਿਆਦਾ ਹਰਿਆਣੇ ਤੋਂ ਵੀ ਜ਼ਿਆਦਾ ਹੈ ਸਾਡੀ ਖਪਤ ਤਾਂ ਫਿਰ ਖਪਤ ਜਿੱਥੇ ਜ਼ਿਆਦਾ ਡਿਮਾਂਡ ਜ਼ਿਆਦਾ ਹੁਣ ਜਿੱਥੇ ਡਿਮਾਂਡ ਜ਼ਿਆਦਾ ਤਾਂ ਉੱਥੇ ਕੀ ਹੈ ਕਿ ਕਾਲਾ ਬਾਜ਼ਾਰੀ ਵੀ ਹੁੰਦੀ ਆ ਕਾਲਾ ਬਾਜ਼ਾਰੀ ਮਤਲਬ ਕਿ ਕਿਸੇ ਨੂੰ ਸਟਾਕ ਮਿਲ ਗਿਆ ਸਾਹਿਬ ਸਟਾਕ ਉਹਦੇ ਹੱਥ ਲੱਗ ਗਿਆ ਤਾਂ ਉਹ ਜਾਂ ਤਾਂ ਵੱਧ ਰੇਟ ਤੇ ਜਾਂ ਫਿਰ ਉਹ ਕਹੇਗਾ ਕਿ ਨਾਲ ਆਹ ਚੀਜ਼ਾਂ ਲੈ ਲਓ ਮਸਲਨ ਕੋਈ 50-60 ਰੁਪਏ ਦੀ ਚੀਜ਼ ਆ ਬੇਲੋੜੀ ਚੀਜ਼ ਆ ਕਿਸਾਨ ਵਾਸਤੇ ਉਹਦੀ ਕੋਈ ਮਹੱਤਤਾ ਨਹੀਂ ਹੈ ਨਾਲ ਉਹ ਵੇਚ ਦੇਵੇਗਾ ਸੋ ਇਸ ਕਰਕੇ ਇਹਨਾਂ ਨੇ ਹੈਲਪਲਾਈਨ ਨੰਬਰ ਜਿਹੜਾ ਜਾਰੀ ਕੀਤਾ ਉਹ ਹੈਲਪਲਾਈਨ ਨੰਬਰ ਕੀ ਕੰਮ ਕਰੇਗਾ ਮੈਨੂੰ ਪਤਾ ਨਹੀਂ ਹੈ ਪਰ ਡੈਫੀਨੇਟਲੀ ਇਹ ਗੱਲ ਤੇ ਤੈਅ ਆ ਕਿ ਵੇਖੋ ਇਹ ਜਦੋਂ ਹੁਣ ਕੱਸ ਪਵੇਗਾ ਝੋਨਿਆਂ ਦਾ ਸੀਜ਼ਨ ਤੁਸੀਂ ਦੇਖਿਆ ਹੀ ਆ ਬਹੁਤ ਸੀਜ਼ਨ ਦੇਖੇ ਹੋਣੇ ਆ ਝੋਨਿਆਂ ਦੇ ਸੀਜ਼ਨ ਜਿਹੜੇ ਹੁੰਦੇ ਆ ਇੱਕੇ ਦਮ ਆਉਂਦੇ ਆ ਮੰਡੀ ਚ ਝੋਨਾ ਇੱਕੇ ਦਮ ਆਉਂਦਾ ਹੁਣ ਐਤਕੀ ਆ ਕਿ ਸਟੱਕ ਹੋ ਗਿਆ ਕਿਸਾਨ ਇੱਕੇ ਦਮ ਹੁਣ ਜਦੋਂ ਉੱਥੋਂ ਨਿਕਲਣਗੇ ਭੱਜ ਕੇ ਵਾਹਣਾ ਚ ਜਾਣਗੇ ਇੱਕੋ ਦਮ ਯਾਨੀ ਇੱਕੋ ਦਮ ਡੀਏਪੀ ਦੀ ਡਿਮਾਂਡ ਜਿਹੜੀ ਹੈ ਉਹ ਸ਼ੂਟ ਅਪ ਕਰੇਗੀ ਜੀ ਜੀ ਤਾਂ ਤੁਹਾਡੇ ਕੋਲ ਸਪਲਾਈ ਕਿੰਨੀ ਕੁ ਰਹੇਗੀ ਵੱਡੀ ਗੱਲ ਤੇ ਆ ਕਿ ਠੀਕ ਹੈ ਕਾਲਾ ਬਾਜ਼ਾਰੀ ਹੁੰਦੀ ਹੈ ਜਦੋਂ ਕੋਈ ਸ਼ੋਰਟੇਜ ਹੋ ਜਾਏ ਕਿ ਕਾਲਾ ਬਾਜ਼ਾਰੀ ਹੋਣੀ ਹੋਣੀ ਅਸੀਂ ਨਿੱਕੇ ਹੁੰਦਿਆਂ ਤੋਂ ਵਿੰਦੇ ਰਹੇ ਹਾਂ ਜੋ ਕਾਲਾ ਬਾਜ਼ਾਰੀ ਰੋਕਣਾ ਵੀ ਤੁਹਾਡਾ ਮਤਲਬ ਕਿ ਫਰਜ਼ ਹੈ ਤੇ ਪਰ ਗੱਲ ਇਹ ਹੈ ਕਿ ਉਹ ਡਿਮਾਂਡ ਕਿਵੇਂ ਪੂਰੀ ਕਰੋਗੇ ਇਹ ਇੱਕ ਵੱਡਾ ਸਵਾਲ ਹੈ ਜੀ 9058131320 905 813 1320 ਇਹ ਤਾਂ ਹੈ ਡੀਏਪੀ ਦੀ ਖਾਦ ਦੀ ਗੱਲ ਕੀਤੀ ਤਾਂ ਫਿਰ ਖਾਦ ਦੇ ਨਾਲ ਨਾਲ ਜੇ ਧਰਤੀ ਦੇ ਹੇਠਲੇ ਪਾਣੀ ਦੇ ਮਾਮਲੇ ਦੇ ਵਿੱਚ ਕੁਝ ਸੁਧਾਰ ਆਉਣ ਦੀ ਗੱਲ ਹੈ ਉਹ ਬਿਲਕੁਲ ਕੁਐਸਚਨ ਹੈ ਤੇ ਪਹਿਲਾ ਕਾਲਰ ਨੇ ਦੇਖਦੇ ਆ ਕੀ ਕਹਿਣਾ ਚਾਹੁੰਦੇ ਆ ਵੈਲਕਮ ਜੀ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿੰਟੂ ਕੋਲ ਸਰੀਆ ਜੀ ਜਿਹੜੇ ਸੁਖਰਾਜ ਹੈ ਮੇਰੇ ਉਹਨਾਂ ਦਾ ਨਾਂ ਜੋ ਕਿਸਾਨ ਨੇਤਾ ਸ਼ਹੀਦ ਹੋ ਗਏ ਸੀ ਉਹ ਵੀ ਉੱਥੇ ਖੜੇ ਆ ਮੈਂ ਸੁਣਿਆ ਹੈ ਕਿ ਸਰਬਜੀਤ ਜਦੋਂ ਖੜਾ ਸੀ ਆਜ਼ਾਦ ਐਮ ਪੀ ਤੇ ਸਭ ਤੋਂ ਜ਼ਿਆਦਾ ਵੋਟਾਂ ਉਸੇ ਇਲਾਕੇ ਚੋਂ ਨਿਕਲਦੀਆਂ ਸੀ ਇਹਦੇ ਬਾਰੇ ਕੀ ਖੈਰ ਬਾਕੀ ਦਲਜੀਤ ਸਿੰਘ ਚੀਮਾ ਆਪੋ ਜੀ ਆਪਣਾ ਬੁਲਾਰਾ ਅਕਾਲੀ ਦਲ ਉਹਨੇ ਸੁਖਬੀਰ ਨੂੰ ਤਾਂ ਇੱਕਦਮ ਜਨਰਲ ਦੀ ਡਿਗਰੀ ਦੇ ਦਿੱਤੀ ਸਾਡੇ ਤਾਂ ਫੌਜ ਚ ਜਨਰਲ 30 ਸਾਲਾਂ ਬਾਅਦ ਬਣਦਾ ਹੈਗਾ ਨਹੀਂ ਮੈਂ ਚਲੋ ਉਹ ਤੇ ਛੱਡੋ ਕੀ ਕਹਿੰਦੇ ਮਾਝੇ ਦਾ ਜਰਨੈਲ ਕਹਿੰਦੇ ਕਿਸੇ ਨੂੰ ਕੀ ਕਹਿੰਦੇ ਤੁਸੀਂ ਮੈਨੂੰ ਬੇਸਿਕ ਸਵਾਲ ਮਾੜਾ ਜਿਹਾ ਰਿਪੀਟ ਕਰ ਦਿਓ ਮੈਨੂੰ ਤੇ ਆਪ ਨਹੀਂ ਸਮਝ ਲੱਗਾ ਸ਼ਹੀਦ ਹੋ ਗਿਆ ਸੀ ਦੁੱਖ ਲੋ ਗਿਆ ਕਿਸਾਨ ਆਗੂ ਦਾ ਵੀ ਜ਼ਿਕਰ ਕਰ ਦਿੱਤਾ ਤੇ ਸ਼ਾਇਦ ਸੁਖਰਾਜ ਦਾ ਵੀ ਕਰ ਦਿੱਤਾ ਪਰ ਮੈਂ ਭੰਬਲ ਪੁੱਛਿਆ ਕਿ ਸਵਾਲ ਮੇਰੇ ਲਈ ਕੀ ਹੈ ਕਿਸਾਨ ਆਗੂ ਸ਼ਹੀਦ ਹੋ ਗਿਆ ਸੀ ਉਹ ਖੜਿਆ ਕਿਵੇਂ ਮੈਨੂੰ ਸਭ ਦਾ ਉਹਦਾ ਕੋਈ ਪਰਿਵਾਰ ਦਾ ਮੈਂਬਰ ਖੜਿਆ ਕੈਪਟਨ ਸਾਹਿਬ ਥੋੜਾ ਜਿਹਾ ਕਲੀਅਰ ਕਰ ਦੋ ਇੱਕ ਸਵਾਲ ਕਰ ਲਿਆ ਸੁਖਰਾਜ ਸਿੰਘ ਨਿਆਮੀ ਵਾਲਾ ਖਲੋਤਾ ਹੈ ਨਾ ਜੀ ਗਿੱਦੜਵਾਹ ਤੋਂ ਸੁਖਰਾਜ ਸਿੰਘ ਨਿਆਮੀ ਵਾਲਾ ਕ੍ਰਿਸ਼ਨ ਭਗਵਾਨ ਸਿੰਘ ਦਾ ਪੁੱਤਰ ਹੈ ਜਿਹੜਾ ਬਾਈਬਲ ਕਾਂਡ ਦੇ ਵਿੱਚ ਮਾਰੇ ਗਏ ਸਨ ਉਹਦਾ ਬੇਟਾ ਉਹਦੇ ਬਾਰੇ ਪੁੱਛਿਆ ਵੀ ਵੋਟਾਂ ਜਿਹੜੀਆਂ ਨੇ ਸਰਬਜੀਤ ਖਾਲਸਾ ਨੂੰ ਉਸ ਹਲਕੇ ਚੋਂ ਜ਼ਿਆਦਾ ਮਿਲੀਆਂ ਸੀ ਇਹ ਜਾਣਨਾ ਚਾਹੁੰਦੇ ਨੇ ਨਹੀਂ ਪਤਾ ਨਹੀਂ ਜੇ ਹਲਕਾ ਵਾਈਜ਼ ਹੁਣ ਉਹਨਾਂ ਦਾ ਹਲਕਾ ਗਿੱਦੜਵਾ ਤਾਂ ਹੈ ਹੀ ਨਹੀਂ ਹੈ ਚੋਣ ਉਹ ਲੜ ਰਹੇ ਨੇ ਗਿੱਦੜਵਾ ਚ ਦੇਖੋ ਨਾ ਉਹਨਾਂ ਦਾ ਹਲਕਾ ਜਿਹੜਾ ਆ ਉਹ ਤੇ ਕੋਟਕਪੂਰਾ ਜਿਹੜਾ ਉਹਨਾਂ ਦਾ ਪਿੰਡ ਹੈ ਬੇਸਿਕਲੀ ਉੱਥੇ ਕੋਟਕਪੂਰੇ ਚ ਹੈ ਨਾ ਜੇ ਉੱਥੋਂ ਨਿਕਲੀਆਂ ਉੱਥੋਂ ਦੀਆਂ ਵੋਟਾਂ ਥੋੜੀ ਨਾ ਸੁਖਰਾਜ ਸਿੰਘ ਨੂੰ ਆ ਕੇ ਪੈ ਜਾਣਗੀਆਂ ਚਲੋ ਖਲੋਤੇ ਨੇ ਉਹ ਗਿੱਦੜਵਾਹਾ ਚ ਫਿਰ ਆ ਗਏ ਨੇ ਕੈਪਟਨ ਸਾਹਿਬ ਕਲੀਅਰ ਕਰ ਲਓ ਹਾਂਜੀ ਕੈਪਟਨ ਸਾਹਿਬ ਕਲੀਅਰ ਕਰੋ ਸਵਾਲ ਆਪਣਾ ਕਿ ਜਦੋਂ ਐਮ ਪੀ ਦੀਆਂ ਚੋਣਾਂ ਹੋਈਆਂ ਸਰਬਜੀਤ ਆਜ਼ਾਦ ਖੜਾ ਸੀ ਆਜ਼ਾਦ ਨੂੰ ਉਸ ਇਲਾਕੇ ਚ ਵੋਟ ਬਹੁਤ ਮਿਲੀ ਸੀ ਜਿੱਥੇ ਸੁਖਰਾਜ ਖੜਾ ਇਸ ਵੇਲੇ ਇੱਕ ਸ਼ਹੀਦ ਦਾ ਬੇਟਾ ਜੀ ਨਹੀਂ ਨਹੀਂ ਉਸ ਹਲਕੇ ਚ ਸਰਬਜੀਤ ਸਿੰਘ ਨੂੰ ਵੋਟ ਮਿਲੀ ਪਰ ਉਹ ਤਾਂ ਹਲਕਾ ਹੋਰ ਹੈ ਨਾ ਸਰ ਉਹ ਤਾਂ ਤੁਸੀਂ ਠੀਕ ਕਹਿ ਰਹੇ ਹੋ ਆਜ਼ਾਦ ਨੂੰ ਉੱਥੋਂ ਵੋਟਾਂ ਸਭ ਤੋਂ ਜ਼ਿਆਦਾ ਮਿਲੀਆਂ ਇਹ ਆ ਰਿਹਾ ਖਬਰਾਂ ਦੇ ਵਿੱਚ ਆ ਰਿਹਾ ਹੈਗਾ ਨਹੀਂ ਸਰ ਆ ਪਈਆਂ ਹੋਣਗੀਆਂ ਪਰ ਉਹਦਾ ਤਾਲੁਕ ਹੁਣ ਗਿੱਦੜਵਾ ਨਾਲ ਕੀ ਹੈ ਮੈਨੂੰ ਦੱਸੋ ਚੋਣ ਤਾਂ ਗਿੱਦੜਵਾ ਚ ਹੈ ਨਾ ਜ਼ਿਮਨੀ ਚੋਣ ਤਾਂ ਗਿੱਦੜਵਾ ਚ ਹੈ ਉਹ ਜ਼ਿਆਦਾ ਰੇਡੀਓ ਸੁਣਦਾ ਵੀ ਨਾ ਨੁਕਸਾਨ ਹੁੰਦਾ ਹੈ ਕਦੇ ਦੋ ਚਾਰ ਚੰਗੇ ਸੁਣ ਲਿਆ ਕਰੋ ਸਰ ਉਹਨਾਂ ਦਾ ਜਿਹੜਾ ਉਹ ਪਿੰਡ ਹੈ ਅੱਛਾ ਚਲੋ ਠੀਕ ਆ ਉਹ ਜਿੱਤਿਆ ਤਾਂ ਜਿਹੜੀਆਂ ਸੈਗਮੈਂਟ ਹੁੰਦੀਆਂ ਨੇ ਲੋਕ ਸਭਾ ਚ ਸੁਣੋ ਮੇਰੀ ਗੱਲ ਨੌ ਆ ਨੌ ਚ ਜੇ ਉਹ ਜ਼ਿਆਦਾ ਲੀਡ 5-6 ਚ ਲੈ ਕੇ ਗਏ ਤਾਂ ਹੀ ਸੀਟ ਕੋਈ ਜਿੱਤੂਗਾ ਨਾ ਮਸਲਾ ਇਹ ਕਿ ਗਿੱਦੜਵਾ ਚ ਕੀ ਹੋਏਗਾ ਸਰ ਗਿੱਦੜਵਾ ਚ ਐਤਕੀ ਸਰਬਜੀਤ ਸਿੰਘ ਖਾਲਸਾ ਦੇ ਪੈਰ ਨਹੀਂ ਜੇ ਲੱਗਣੇ ਤੇ ਸਰਬਜੀਤ ਸਿੰਘ ਖਾਲਸਾ ਬਾਰੇ ਹੁਣ ਕੀ ਚਰਚਾਵਾਂ ਨੇ ਤੁਸੀਂ ਦੇਖਦੇ ਹੋ ਬਿਲਕੁਲ ਬਿਲਕੁਲ ਇੱਕ ਲਹਿਰ ਚੱਲੀ ਸੀ ਚਲੋ ਕਲੀਅਰਲੀ ਕਹਿ ਦੇਵਾਂ ਕਿਸੇ ਭੁਲੇਖੇ ਚ ਨਾ ਰਹੋ
ਇੱਥੇ ਆ ਵੀ ਜਾਂਦੇ, ਇੱਥੇ ਐਤਕੀ ਪੈਰ ਲੱਗਣੇ ਬਹੁਤ ਔਖੇ ਸੀ। ਬਿਲਕੁਲ ਬਿਲਕੁਲ, ਬਹੁਤ ਸਾਰੀਆਂ ਚੀਜ਼ਾਂ ਕੁਛ ਮਹੀਨਿਆਂ ਦੇ ਅੰਦਰ ਅੰਦਰ ਨਾ ਉਹ ਬਦਲ ਜਾਂਦੀਆਂ। ਬਿਲਕੁਲ ਬਿਲਕੁਲ, ਵੈਸੇ ਵੀ ਸਾਡਾ ਜਿਹੜਾ ਵਾਵ ਰੋਲੇ ਜੇ ਹੁੰਦਾ ਜੇ ਕਿਸੇ ਵੇਲੇ ਤੇ 9058131320। ਆਪਾਂ ਗੱਲ ਕਰ ਰਹੇ ਸੀ ਧਰਤੀ ਹੇਠਲੇ ਪਾਣੀ ਦੇ ਮਾਮਲੇ ਚ ਕੁਝ ਸੁਧਾਰ, ਇੱਕ ਕਾਲਰ ਹੋਰ ਨੇ, ਪਹਿਲਾਂ ਕੁਇਕਲੀ ਤੇ ਫਿਰ ਆਪਾਂ ਵਾਈਂਡ ਅਪ ਕਰਾਂਗੇ। ਹੈਲੋ, ਸਤਿ ਸ਼੍ਰੀ ਅਕਾਲ। ਇਹ ਬਜ਼ੁਰਗਾਂ ਦਾ ਜਿਹੜਾ ਕੁਐਸਚਨ ਆ ਨਾ ਜੀ, ਵੀ ਜਿਹੜਾ ਸਰਬਜੀਤ ਖੜਾ ਸੀ ਐਮਪੀ ਦੀ ਇਲੈਕਸ਼ਨ ਤੇ, ਐਮਪੀ ਦੇ ਕੁਛ ਗਿੱਦੜਵੇ ਦਾ ਜਿਹੜੇ ਗਿੱਦੜਵੇ ਚ ਹੁਣ ਜਿਵੇਂ ਚੋਣ ਹੋ ਰਹੀ ਹੈ, ਇਹਦਾ ਕੁਛ ਹਲਕਾ ਉਸ ਐਮਪੀ ਦੀ ਚੋਣ ਛੋਊਗਾ। ਉਹ ਕਹਿਣਾ ਚਾਹੁੰਦੇ ਆ ਵੀ ਉਹ ਹਲਕੇ ਚ ਤਾਂ ਵੋਟ ਬਹੁਤ ਪਈ ਸੀ, ਵੀ ਉਹ ਵੀ ਉਧਰ ਪੈਣੀ ਚਾਹੀਦੀ। ਉਹਨਾਂ ਦਾ ਕੁਐਸਚਨ ਇਹ ਸੀਗਾ ਜੀ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। ਉਹੀ ਹੈ ਨਾ ਕਿ ਗਿੱਦੜਵਾ, ਉਹੀ ਤਾਂ ਕਨਫਿਊਜ਼ਨ ਆ ਕਿ ਗੱਲ ਜਿਹੜੀ ਇਹ ਕਹਿ ਰਹੇ ਸਨ ਕਿ ਉਹਨਾਂ ਦਾ ਪਿੰਡ ਕੋਟਕਪੂਰੇ ਚ ਹੈ। ਹੁਣ ਕੋਟਕਪੂਰੇ ਚ ਵੱਧ ਵੋਟਾਂ ਪਈਆਂ ਜਾਂ ਗਿੱਦੜਵਾਹੇ ਦੀ ਗੱਲ ਕਰ ਰਹੇ ਆ? ਜੇ ਗਿੱਦੜਵਾਹੇ ਦੀ ਗੱਲ ਕਰ ਰਹੇ ਆ ਨਾ, ਤਾਂ ਬਿਲਕੁਲ ਇਹਦੇ ਵਿੱਚ ਕੀ ਸੀਗਾ ਕਿ ਸਰਬਜੀਤ ਸਿੰਘ ਖਾਲਸਾ ਨੂੰ ਜਿਹੜੀਆਂ ਵੋਟਾਂ ਮਿਲੀਆਂ ਸੀ ਗਿੱਦੜਵਾਹੇ ਚ, ਮੈਂ ਕੱਢ ਦਿੰਦਾ ਤੁਹਾਨੂੰ, 32,423 ਸੀ, ਠੀਕ ਹੈ ਜੀ। ਅਨਮੋਲ ਨੂੰ ਮਿਲੀਆਂ ਸੀ 20,310 ਤੇ ਅਮਰਜੀਤ ਕੌਰ ਨੂੰ ਮਿਲੀਆਂ ਸੀ 20,273, ਠੀਕ ਹੈ ਜੀ। 19,000 ਸਮਥਿੰਗ ਵੋਟਾਂ ਮਿਲੀਆਂ ਸੀਗੀਆਂ ਰਜਿੰਦਰ ਜੀ ਨੂੰ। ਤੋ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਨੇ ਕਿ ਠੀਕ ਆ, ਉਹ ਵੋਟ ਮਿਲੀ ਹੈ ਗਿੱਦੜਵਾ ਹਲਕੇ ਨੂੰ, ਕੀ ਸਾਹਿਬ ਉਹ ਸਾਰੀ ਵੋਟ ਸੁਖਰਾਜ ਸਿੰਘ ਨੂੰ ਟਰਾਂਸਫਰ ਹੋ ਜਾਏਗੀ? ਇੰਪੋਸੀਬਲ ਹੈ ਸਰ, ਲਿਖ ਕੇ ਰੱਖ ਲਓ, ਇੰਪੋਸੀਬਲ ਹੈ ਕਿ 32,000 ਵੋਟ ਪੈ ਜਾਏਗੀ ਜੀ। ਐਤਕੀ ਲੋਕਲ ਟੱਕਰ ਆ, ਨਾ ਕਿ ਐਮਪੀ ਦਾ ਇਲੈਕਸ਼ਨ ਜੀ। ਬਿਲਕੁਲ, ਮੇਹਣੇ ਮੇਹਣੇ ਜਿਹੜੇ ਸੀਗੇ ਭਾਈ ਅੰਮ੍ਰਿਤਪਾਲ ਵਾਲੇ ਮਾਮਲੇ ਦੇ ਜਿਹੜੇ ਮੇਹਣੇ ਨਾਲ ਉਧਰ ਪਏ, ਉਹ ਖਿੱਚ ਗਿਆ ਕੰਮ। ਖੈਰ ਆਣੀ ਮੈਂ 9058131313 ਆਪਣਾ ਇੱਕ ਬੜਾ ਗੰਭੀਰ ਮੁੱਦਾ ਰਿਹਾ, ਹਮੇਸ਼ਾ ਆਪਾਂ ਬੜੀ ਗੱਲ ਕੀਤੀ ਹੈ ਧਰਤੀ ਦੇ ਹੇਠਲੇ ਪਾਣੀ ਦੀ। ਹਾਂਜੀ, ਹੁਣ ਉਹ ਚ ਕੋਈ ਸੁਧਾਰ ਆਇਆ ਤੇ ਕੀ ਆ ਅੰਕੜੇ, ਕਿਵੇਂ ਸੁਧਾਰ ਆਉਣ ਦੀ ਇਹ ਗੱਲ ਜਿਹੜੀ ਸਾਹਮਣੇ ਆਈ? ਦੇਖੋ, ਇੱਥੇ ਦੋ ਬਲਾਕ ਨੇ ਜਿਹੜੇ ਖਾਸ ਤੌਰ ਤੇ ਗੁਰੂ ਹਰ ਸਾਹਿਬ ਤੇ ਮੱਖੂ, ਇਹ ਬਲਾਕ ਜਿਹੜੇ ਸੀਗੇ ਕ੍ਰਿਟੀਕਲ ਬਲਾਕ ਸੀਗੇ, ਜਿਵੇਂ ਇਹਨਾਂ ਨੂੰ ਡਾਰਕ ਜ਼ੋਨ ਕਹਿ ਦਿੱਤਾ ਜਾਂਦਾ ਹੈ ਕਿ ਉਹ ਉਧਰ ਆ, ਤਾਂ ਇਹ ਦੋ ਜਿਹੜੇ ਸੀ ਉਹ ਸੁਰੱਖਿਅਤ ਜ਼ੋਨ ਦੇ ਵਿੱਚ ਆ ਗਏ। ਯਾਨੀ ਜਿਹੜੀ ਰੀਚਾਰਜਿੰਗ ਹੈ ਇਹਨਾਂ ਦੀ ਉਹ ਅੱਛੀ ਖਾਸੀ ਹੋਈ, ਤੇ ਉਸ ਤੋਂ ਬਾਅਦ ਇਹ ਜਿਹੜੇ ਆ ਉਹ ਦੋ ਬਲਾਕ ਇਸ ਤਰ੍ਹਾਂ ਦੇ ਨਿਕਲੇ ਆ ਕਿ ਜਿਹੜੇ ਹੁਣ ਕ੍ਰਿਟੀਕਲ ਜ਼ੋਨ ਤੋਂ ਜਿੱਦਾਂ ਬਲਾਚੌਰ ਆ ਉਹ ਸੈਮੀ ਕ੍ਰਿਟੀਕਲ ਜ਼ੋਨ ਦੇ ਵਿੱਚ ਆ ਗਿਆ। 63 ਐਸੇ ਬਲਾਕ ਨੇ ਟੋਟਲ ਜਿਨ੍ਹਾਂ ਦੇ ਵਿੱਚ ਜਲ ਪੱਧਰ ਦਾ ਜਿਹੜਾ ਨਾ ਉਹ ਸੁਧਾਰ ਹੋਇਆ, ਕਿਉਂਕਿ ਆਪਣੇ ਲਗਭਗ 142 ਦੇ ਕਰੀਬ ਆ, ਤੁਸੀਂ ਲਾ ਲਓ 140 ਤੋਂ 150 ਦੇ ਦਰਮਿਆਨ ਹੋਣਗੇ ਬਲਾਕ। ਉਹਨਾਂ ਬਲਾਕਾਂ ਚੋਂ ਜੇ 63 ਦੇ ਵਿੱਚ ਸੁਧਾਰ ਆਇਆ ਤੇ ਅੱਛੀ ਖ਼ਬਰ ਹੈ। ਪਰ ਇਹਦੇ ਚ ਕੀ ਆ ਕਿ ਬੇਸਿਕਲੀ ਇਹ ਆ, ਜਦੋਂ ਹੜ੍ਹ ਆਇਆ ਸਾਲ ਡੇਢ ਸਾਲ ਪਹਿਲਾਂ ਜਦੋਂ ਹੜ੍ਹ ਆਇਆ ਨਾ, ਉਹਦੇ ਕਰਕੇ ਬਹੁਤ ਫਰਕ ਪਿਆ, ਕਿਉਂਕਿ ਜ਼ਿਆਦਾਤਰ ਜਿਹੜੇ ਬਲਾਕ ਨੇ ਇਹ ਉਹੀ ਆ, ਦਰਿਆਈ ਏਰੀਆ ਇਹ ਉਹੀ ਜ਼ਿਆਦਾ ਉਹੀ ਨੇ। ਤਾਂ ਚਲੋ ਚੰਗੀ ਗੱਲ ਆ, ਕਿਸੇ ਵੀ ਤਰੀਕੇ ਕੁਦਰਤ ਕਈ ਵਾਰ ਨੁਕਸਾਨ ਵੀ ਕਰਦੀ ਹੈ, ਕੁਦਰਤ ਕਈ ਵਾਰ ਉਸੇ ਹੀ ਕਹਿ ਲਓ ਕਿ ਹਥਿਆਰ ਦੇ ਨਾਲ ਮੱਲਮ ਵੀ ਲਾ ਦਿੰਦੀ ਹੈ ਜੇ ਜ਼ਖਮ ਲਾਉਂਦੀ ਆ ਤਾਂ। ਕੁਛ ਨੁਕਸਾਨ ਵੀ ਹੋਇਆ ਪਰ ਕੁਛ ਇਹ ਜਿਹੜੇ ਬਲਾਕ ਨੇ ਇਹਨਾਂ ਦਾ ਫਾਇਦਾ ਵੀ, ਅੱਛੀ ਗੱਲ ਹੈ। 9058131320 ਦਰਿਆਈ ਏਰੀਏ, ਬਿਲਕੁਲ ਤੁਸੀਂ ਸਹੀ ਕਿਹਾ ਕਿ ਜੇ ਪਾਣੀ ਦਾ ਉਹਦਾ ਪੱਧਰ ਉੱਚਾ ਹੋਇਆ ਤੇ ਚੰਗੀ ਚੰਗੀ ਗੱਲ ਆ ਸਾਡੇ ਵਾਸਤੇ, ਮਤਲਬ ਵਧੀਆ ਖ਼ਬਰ ਆ ਕਿ ਇਹ ਅਜਿਹੀ ਕ੍ਰਿਟੀਸਾਈਜ਼ ਕਰਦੇ ਹਾਂ ਕਿ ਉੱਥੇ ਪਾਣੀ ਨੀਵੇਂ ਪੱਧਰ 'ਤੇ ਚਲ ਗਿਆ ਜੀ, ਬੋਰ ਬੜੇ ਨੀਵੇਂ ਪੱਧਰ 'ਤੇ ਚਲ ਗਏ, ਤੇ ਚਲੋ ਇਹ ਚੰਗੀ ਖ਼ਬਰ ਆ ਅਤੇ ਚੰਗੀ ਆਉਣੀ ਵੀ ਚਾਹੀਦੀ ਹੈ। ਸਲਮਾਨ ਖਾਨ ਸੈਲੀਬ੍ਰਿਟੀ ਆ, ਕੋਈ ਦੋ ਰਾਵਾਂ ਨਹੀਂ, ਹੁਣ ਜਣਾ ਖਣਾ ਫਰੌਤੀ, ਉਹ ਵੀ ਲੋਰੈਂਸ ਬਿਸ਼ਨੋਈ ਦੇ ਨਾਂ 'ਤੇ, ਕੀ ਕਹਿਣਾ ਚਾਹੋਗੇ? ਅਤੇ ਇਹ ਫਰੌਤੀ ਮੰਗਣ ਵਾਲਾ ਗ੍ਰਿਫਤਾਰ ਹੋਇਆ? ਹਾਂਜੀ, ਪਹਿਲਾਂ ਵੀ ਇਸ ਤੋਂ ਗ੍ਰਿਫਤਾਰ ਹੋ ਚੁੱਕੇ ਨੇ ਇੱਕ ਦੋ। ਇਹ ਐਵੇਂ ਟਰਪਲ ਮਾਰੀ ਜਾਂਦੇ, ਇਹ ਕੋਈ ਹੁਣ ਮੁਹੰਮਦ ਮੁਸਤਫਾ ਹੈ, ਇਹ ਵੀ ਕਿਤੇ ਗੁਲਾਮੇ ਮੁਸਤਫਾ ਫਿਲਮ ਵੇਖ ਬੈਠਾ ਉਹਦੀ ਨਾਨਾ ਪਾਟੇਕਰ ਦੀ, ਤਾਂ ਇਹਨੇ ਵੀ ਚੱਕ ਕੇ ਫੋਨ ਕਰ ਦਿੱਤਾ ਉੱਥੇ ਮੁੰਬਈ ਟ੍ਰੈਫਿਕ ਵਾਲਿਆਂ ਨੂੰ ਕਿ ਮੈਨੂੰ ਦਵਾਓ 2 ਕਰੋੜ ਰੁਪਇਆ। ਇਹ ਇਹਨਾਂ ਨੇ ਤੇ ਹੁਣ ਸਲਮਾਨ ਖਾਨ ਨੂੰ ਬਣਾ ਲਿਆ ਕਿ ਬਈ ਜਿਹੜਾ ਮਰਜ਼ੀ ਜਾਵੇ ਤੇ ਮਾਰੇ ਉਹਦੇ ਤੇ ਦੋ ਤੇ ਕੱਢ ਲਵੇ ਉਹਦੇ ਵਿੱਚੋਂ ਪੈਸਾ। ਜੀ ਜੀ, ਕਮਾਲ ਹੋ ਗਈ। ਦੱਸੋ, ਤਾਂ ਇਹਨੂੰ ਫੜ ਲਿਆ। ਅੱਗੇ ਵੀ 1-2 ਗ੍ਰਿਫਤਾਰੀਆਂ ਜਿਹੜੀਆਂ, ਅੱਗੇ ਇੱਕ ਮੁੰਡਾ ਸੀਗਾ ਮੁਹੰਮਦ ਤਾਇਬ, ਇਹ ਵੇਖ ਲਓ, ਚਲੋ ਹਿੰਦੂ ਮੁਸਲਮਾਨ ਤੇ ਬਣਿਆ, ਮੁਸਲਮਾਨ ਹੀ ਮੁਸਲਮਾਨ ਨੂੰ ਪੈ ਗਏ ਨੇ, ਦੱਸੋ ਕਮਾਲ ਦੀ ਗੱਲ ਆ। ਤਾਂ ਇਹ ਇੱਕ ਮੁਹੰਮਦ ਤਾਇਬ ਪਹਿਲਾਂ ਫੜਿਆ,
ਹੁਣ ਇਹ ਮੁਸਤਫਾ ਸਾਹਿਬ ਫੜੇ ਗਏ ਨੇ ਤੇ ਗੱਲ ਇਹ ਆ ਕਿ ਬੇਵਕੂਫੀਆਂ ਹੁੰਦੀਆਂ ਵਗਦੀ ਵਹਿੰਦੀ ਚ ਇਹ ਕਹਿੰਦੇ ਆ ਕਿ ਦਾ ਲਾ ਲਈਏ ਪਰ ਪੁਲਿਸ ਜਿਹੜੀ ਅੱਜ ਕੱਲ੍ਹ ਬੜੀ ਚੌਕਸ ਪੁਲਿਸ ਆ ਇਸ ਕਰਕੇ ਇਹਨਾਂ ਨੂੰ ਨੱਥ ਲਿਆ ਗਿਆ ਔਰ ਇਹ ਦੇਖੋ ਸਾਡੇ ਇੱਕ ਯੂਟਿਊਬਰ ਆ ਨਾਂ ਤਾਂ ਪਤਾ ਸਾਰਾ ਉਹਦਾ ਹੈ ਉਹਨੇ ਇੱਕ ਵੀਡੀਓ ਪਾਈ ਕੁੜੀ ਨਾਲ ਬੈਠੀ ਆ ਤੇ ਉਹ ਬਕੜਵਾ ਕਹਿ ਲਓ ਕਿ ਖਾਲਿਸਤਾਨੀਆਂ ਦੇ ਖਿਲਾਫ ਮੈਂ ਤਾਂ ਅਕਸਰ ਕਹਿੰਦਾ ਨਾ ਜਿਹਨੂੰ ਸਿਕਿਉਰਟੀ ਚਾਹੀਦੀ ਆ ਉਹ ਖਾਲਿਸਤਾਨ ਦੇ ਖਿਲਾਫ਼ ਬੋਲੇ ਜਾਂ ਕਿਸੇ ਤਬਕੇ ਦੇ ਖਿਲਾਫ਼ ਬੋਲੇ ਹੋਰਨੇ ਤਾਂ ਸ਼ਾਇਦ ਬੋਲ ਕੇ ਤਾਂ ਤੁਹਾਨੂੰ ਹੱਥ ਘੜੀਆਂ ਲੱਗ ਜਾਣ ਤੁਹਾਡੇ 'ਤੇ ਟਾੜਾ ਲੱਗ ਜਾਵੇ ਜਾਂ NSA ਲੱਗ ਜਾਵੇ ਤੁਹਾਨੂੰ ਡਿਬਰੂਗੜ੍ਹ ਭੇਜ ਦਿੱਤਾ ਜਾਵੇ ਪਰ ਜਦੋਂ ਤੁਸੀਂ ਖਾਲਿਸਤਾਨੀਆਂ ਦੇ ਖਿਲਾਫ਼ ਬੋਲਣਾ ਮਤਲਬ ਜਿਹੜਾ ਉਹ ਤਾਂ ਤੁਹਾਨੂੰ ਸਿਕਿਉਰਟੀ ਮਿਲ ਜਾਣੀ ਸੁਰੱਖਿਆ ਮਿਲ ਜਾਣੀ ਤੁਹਾਡੇ ਨਾਲ ਇੱਕ ਤਬਕਾ ਵੀ ਜੁੜ ਜਾਣਾ ਉਹ ਕਹਿੰਦਾ ਕਿ ਜਿਹੜੇ ਅਮਰੀਕਾ ਦੇ ਵਿੱਚ ਆ ਇਹਨਾਂ ਨੂੰ ਜੇਕਰ ਖਤਮ ਕਰ ਸਕਦਾ ਖਾਲਿਸਤਾਨੀ ਤਾਂ ਲਾਰੈਂਸ ਬਿਸ਼ਨੋਈ ਕਰ ਸਕਦਾ ਉਹਨੂੰ ਹੀਰੋ ਬਣਾ ਰਿਹਾ ਵੀਡੀਓ ਆ ਸਾਡੇ ਕੋਲ ਪਈ ਹੈ ਹੁਣ ਜਦੋਂ ਆਹ ਖਬਰ ਆ ਗਈ ਹੈ ਕਿ ਅਮਰੀਕਾ ਦੇ ਵਿੱਚ ਗੁਰੂ ਨਾਨਕ ਮਹਾਰਾਜ ਦੇ ਗੁਰਪੁਰਬ ਦੇ ਮੌਕੇ 'ਤੇ ਖਤਰਾ ਹੈ ਅਤੇ ਕੀ ਭਾਰਤ ਸਰਕਾਰ ਨੂੰ ਇਹੋ ਜਿਹੇ ਮੂੰਹ ਫੱਟ ਜਿਹੜੇ ਉੱਥੇ ਸੋਸ਼ਲ ਨੈਟਵਰਕ ਯੂਟਿਊਬਰ ਜਿਹਨਾਂ ਦੀ ਤੁਸੀਂ ਗੱਲ ਕੀਤੀ ਹੈ ਇਹਨਾਂ ਨੂੰ ਨੱਥ ਨਹੀਂ ਪਾਉਣੀ ਚਾਹੀਦੀ ਵੀ ਇਹ ਕਿਤੇ ਨਾ ਕਿਤੇ ਜਿਹੜੀ ਆ ਭਾਂਬੜ ਤੇਲ ਦੇ ਉੱਤੇ ਮਤਲਬ ਜਿਹੜਾ ਉਹ ਤੇਲ ਅੱਗ ਦੇ ਉੱਤੇ ਤੇਲ ਪਾਉਂਦੇ ਨੇ ਜੇ ਹੁਣ ਅਮਰੀਕਾ ਦੇ ਵਿੱਚ FBI ਨੇ ਨੋਟਿਸ ਜਾਰੀ ਕਰ ਦਿੱਤਾ ਜੇ ਖਤਰਾ ਹੋਵੇ ਉੱਥੇ ਕੁਝ ਘਟਨਾ ਵਾਪਰ ਸਕਦੀ ਹੈ ਅਤੇ ਕੀ ਇਹ ਉਕਸਾਉਣ ਵਾਲੀ ਕੰਮ ਨਹੀਂ ਹੈ ਨਹੀਂ ਇਹ ਆਪਾਂ ਜਿਹੜੀ ਖਬਰ ਕੀਤੀ ਉਹ ਤੇ ਚਲੋ ਗਲਤ ਹੈ ਤੇ ਜਿਹੜੇ ਆਹ ਚੀਜ਼ ਆ ਉਹ ਖਬਰ ਅਲੱਗ ਹੈ ਆ ਜਿਹੜੀ ਹੈ ਇਹ ਅਲੱਗ ਹੈ ਮੈਂ ਤੇ ਖੁਦ ਮੰਨਦਾ ਸਰ ਪਰ ਜਦੋਂ ਦੂਸਰੀ ਧਿਰ ਵੀ ਇਸ ਤਰ੍ਹਾਂ ਕਰਦੀ ਹੈ ਨਾ ਉਹਨਾਂ ਦੀ ਹਿੰਸਾ ਨੂੰ ਵੀ ਹੀਰੋ ਨਹੀਂ ਬਣਾਇਆ ਜਾਣਾ ਸਰ ਚਾਹੀਦਾ ਚਾਹੇ ਕੁਛ ਵੀ ਹੈ ਉਹ ਗਲੋਰੀਫਿਕੇਸ਼ਨ ਉਧਰੋਂ ਵੀ ਮਾੜੀ ਹੈ ਤੇ ਗਲੋਰੀਫਿਕੇਸ਼ਨ ਹਿੰਸਾ ਦੀ ਜਦੋਂ ਹੁੰਦੀ ਹੈ ਨਾ ਸਰ ਪ੍ਰੋਬਲਮ ਉਦੋਂ ਹੀ ਕ੍ਰੀਏਟ ਹੁੰਦੀ ਹੈ ਕਿ ਇਹੀ ਬਣਾਇਆ ਨਾ ਕਿ ਦੇਖੋ ਜਿਸ ਤਰ੍ਹਾਂ ਦੇਸ਼ ਤੋੜਨਾ ਚਾਹੁੰਦੇ ਆ ਇਹ ਟਾਰਗੇਟ ਕਿਲਿੰਗਸ ਕਰਨਾ ਚਾਹੁੰਦੇ ਆ ਪਰ ਇਹ ਭੁੱਲ ਜਾਂਦੇ ਕਿ ਇਸ ਦੇਸ਼ ਦੀ ਇੱਕ ਰੀਤ ਰਹੀ ਆ ਕਿ ਦੇਸ਼ ਇੰਟਰਨਲ ਸਿਕਿਉਰਿਟੀ ਤੇ ਜ਼ੋਰ ਦਿੰਦਾ ਇੰਡੀਆ ਜੀ ਠੀਕ ਹੈ ਨਾ ਜੀ ਇਹ ਨਹੀਂ ਹੈ ਕਿ ਕਿਸੇ ਦੀ ਔਰ ਇਹ ਦੂਜੇ ਦੇਸ਼ ਤੇ ਵੀ ਲਾਗੂ ਹੁੰਦਾ ਬਿਲਕੁਲ ਤੇ ਉਹਦੀ ਸਰਜਮੀ ਤੋਂ ਦੂਜੇ ਦੇਸ਼ ਨੂੰ ਤੋੜਨ ਵਾਸਤੇ ਜੇ ਹੁੰਦਾ ਤਾਂ ਉਹ ਵੀ ਗਲਤ ਹੈ ਸੋ ਨਾਈਸ ਆਫ ਯੂ ਥੈਂਕ ਯੂ ਵੈਰੀ ਮੱਚ ਦੂਜੇ ਦਿਨ ਦੀ ਦੀਵਾਲੀ ਤੁਹਾਨੂੰ ਮੁਬਾਰਕ ਸ਼ੁਕਰੀਆ ਜੀ ਸੋ ਨਾਈਸ ਆਫ ਯੂ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ